ਤੁਸੀਂ ਕਿਹੜਾ ਪੜਿਆ ਜਾਂ ਕਿਹੜੀ ਮਨਪਸੰਦ ਤੁਹਾਡੀ ਕਿਤਾਬ ਕਿਹੜੀ ਹੈ? ਮਨਪਸੰਦ ਕਿਤਾਬ ਤਾਂ ਮੇਰੀ ਮਹਾਨ ਕੋਸ਼ ਹੈ ਜੀ, ਵੈਸੇ ਤਾਂ ਹੀ ਮੇਰੇ ਫੋਨ 'ਚ ਹੈ। ਅੱਛਾ ਜੀ। ਹਾਂ, ਮੈਨੂੰ ਬਹੁਤ ਚੰਗਾ, ਹਾਲਾਂਕਿ ਉਹ ਇਨਸਾਈਕਲੋਪੀਡੀਆ ਉਹ ਸ਼ਾਇਰੀ ਦੀ ਕਿਤਾਬ। ਉਹਨਾਂ ਦੇ ਕਰਤਾ ਬਾਰੇ ਵੀ ਦੱਸੋ। ਹਾਂਜੀ, ਭਾਈ ਕਾਨ ਸਿੰਘ ਨਾਭਾ ਹੋਣਾ ਨੇ ਕਿਤਾਬ ਲਿਖੀ ਸੀਗੀ। ਭਾਈ ਕਾਨ ਸਿੰਘ ਨਾਭਾ ਹੋਣਾ ਨੇ 29 ਸਾਲ ਦੀ ਅਣਥੱਕ ਮਿਹਨਤ ਤੋਂ ਬਾਅਦ, ਉਹਨਾਂ ਜ਼ਮਾਨੇ ਜਦੋਂ ਇੰਟਰਨੈਟ, ਗੂਗਲ ਕੁਛ ਨਹੀਂ ਸੀ ਹੁੰਦਾ, ਸਾਰੇ ਜਹਾਨ ਦੀ ਮਤਲਬ ਕਿ ਇਕੱਠੀ ਕਰਨੀ ਨੌਲੇਜ ਅਤੇ ਉਹਨੂੰ ਇੱਕ ਸਾਂ 'ਤੇ ਪਰੋਣਾ, ਅਤੇ ਉਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਧਨੀ ਰੰਗ ਚਾਤਰਿਕ ਸਾਹਿਬ ਨੇ ਛਾਪੀ ਸੀ, ਪਹਿਲੀ ਪ੍ਰੈਸ ਲੱਗੀ ਸੀ, ਅਤੇ ਉਹਦੇ ਵਿੱਚ ਫਾਰਸੀ ਵੀ ਹੈ ਜੀ, ਅਰਬੀ ਵੀ ਹੈ, ਸੰਸਕ੍ਰਿਤ ਵੀ ਹੈ, ਇੰਗਲਿਸ਼ ਵੀ ਹੈ ਅਤੇ ਗੁਰਮੁਖੀ ਵੀ ਹੈ। ਇੰਨੀਆਂ ਸਾਰੀਆਂ ਜ਼ਬਾਨਾਂ ਇਕੱਠੀਆਂ ਛਾਪਣੀਆਂ, ਇਹ ਆਪਣੇ ਆਪ 'ਚ ਬਹੁਤ ਵੱਡਾ ਉਪਰਾਲਾ ਸੀ। ਸੱਜਦੇ ਇਹੋ ਜਿਹੇ ਲੋਕਾਂ ਨੂੰ ਜਿਨ੍ਹਾਂ ਨੇ ਇੰਨੀਆਂ ਮਿਹਨਤਾਂ ਕੀਤੀਆਂ। ਸਮੂਹ ਪੰਜਾਬੀਓ, ਹੁਣ ਤਾਂ ਜ਼ਰਾ ਕੋ ਹੋਸ਼ ਲੈ ਆਵੋ, ਜ਼ਰੂਰਤ ਪੈਣ ਲੱਗ ਪਈ ਮਾਂ ਬੋਲੀ ਦਾ ਕੋਸ਼ ਲੈ ਆਵੋ। ਹੁਣ ਤੂੰ ਐਂ ਨਾ ਕਿ ਕਾਨ ਸਿੰਘ ਨਾਭੇ ਤੋਂ ਕੀ ਲੈਣਾ, ਇਹਨਾਂ ਦੇ ਯਾਰ ਰੱਬ ਵਰਗੇ, ਉਹਨਾਂ ਕਾਬੇ ਤੋਂ ਕੀ ਲੈਣਾ, ਹਕੂਮਤ ਦਿਲ 'ਤੇ ਕਰਨੀ ਹੈ, ਅਸੀਂ ਬਾਬੇ ਤੋਂ ਕੀ ਲੈਣਾ ਹੈ। ਸੋ ਜ਼ਰੂਰਤ ਸੋਚ ਬਦਲ